you ever felt. Manender Singh Manga. Are you listening? Damn. ਹੋਰ ਵੀ ਮਿੱਤਰੋ ਕੀ ਹਾਲ ਚਾਲ ਆ ਅੱਜ ਤੁਸੀਂ ਉਹਨੇ ਵੀਡੀਓ ਦੇਖੀ ਹੈ ਮੇਰੀ ਰਾਜਸਥਾਨ ਯੂਨੀਵਰਸਿਟੀ ਦੀ ਕਨਵੋਕੇਸ਼ਨ ਸੈਰੇਮਨੀ ਦੀ ਸੀ ਜਦੋਂ ਮੈਨੂੰ ਮਾਸਟਰ ਡਿਗਰੀ ਮਿਲੀ ਸੀਗੀ ਅਤੇ ਇਹ ਬਸ ਕਲੋਲਾਂ ਹੀ ਹੁੰਦੀਆਂ ਨੇ ਅਤੇ ਆਲਸੋ ਜੀ ਆਪਣੀ ਅੱਜ ਮੈਂ ਵਲੋਗ ਨਹੀਂ ਕੀਤਾ ਪਰ ਮੇਰੇ ਕੋਲ ਕੁਛ ਪੁਰਾਣੀਆਂ ਕਲਿਪਸ ਪਈਆਂ ਸੀਗੀਆਂ ਜਿਹੜੀ ਕਿ ਜਦੋਂ ਮੈਂ ਸ਼ੂਟ ਕਰਦਾ ਹੁੰਦਾ ਸੀ ਮੈਨੂੰ ਸ਼ੁਰੂ ਤੋਂ ਵੀਡੀਓ ਬਣਾਉਣ ਦੀ ਆਦਤ ਆ ਪਰ ਮੈਨੂੰ ਪਤਾ ਨਹੀਂ ਹੁੰਦਾ ਸੀਗਾ ਵੀ ਇਹ ਮੈਂ ਕਦੇ ਯੂਜ਼ ਕਰੂੰਗਾ ਵਲੋਗ ਦੇ ਵਿੱਚ ਜਾਂ ਮੈਂ ਵਲੋਗ ਬਣਾਉਣਾ ਸ਼ੁਰੂ ਕਰੂੰਗਾ ਤਾਂ ਮੈਨੂੰ ਕੁਛ ਕਲਿਪਸ ਸੀਗੀਆਂ ਜਿਹੜੀਆਂ ਮੈਨੂੰ ਵਧੀਆ ਲੱਗਦੀਆਂ ਨੇ ਅਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਅਤੇ ਮੈਨੂੰ ਆਹ ਸਭ ਪਤਾ ਨਹੀਂ ਸੀ ਮੈਂ ਵੀਡੀਓ ਕਿਸ ਹਿਸਾਬ ਨਾਲ ਬਣਾਵਾਂ ਪਰ ਹੁਣ ਬਣਾ ਦੇਣੀ ਆ ਜਿਵੇਂ ਬਣ ਗਈ ਲਾਈਕ ਕਮੈਂਟ ਕਰ ਦਿਓ ਜੇ ਤੁਹਾਨੂੰ ਵਧੀਆ ਲੱਗੀ ਨਹੀਂ ਬਸ ਫਿਰ ਦੇਖ ਲਿਓ ਅਤੇ ਜੀ ਆਪਾਂ ਸ਼ੁਰੂ ਕਰਦੇ ਹਾਂ ਅਤੇ ਆਹ ਜਿਹੜੀ ਵੀਡੀਓ ਤੁਸੀਂ ਹੁਣ ਦੇਖ ਰਹੇ ਹੋ ਹੈਗੀ ਆ ਬੈਂਗਲੌਰ ਦੀ ਗਰੂੜਾ ਮਾਲ ਮੈਂ ਬੈਂਗਲੌਰ ਦੇ ਵਿੱਚ ਵੀ ਥੋੜ੍ਹੀ ਦੇਰ ਕੰਮ ਕੀਤਾ ਆਹ ਮੇਰਾ ਬੈਸਟ ਫਰੈਂਡ ਆ ਜਿਹੜਾ ਨਾਲ ਨਵਦੀਪ ਸਿੰਘ ਅਤੇ ਉੱਥੇ ਬਿਗ ਬਾਸ ਵਾਲੇ ਪ੍ਰਮੋਸ਼ਨ ਕਰਨ ਆਏ ਹੋਏ ਸੀਗੇ ਉਹਨਾਂ ਨੇ ਕੀ ਕੀਤਾ ਸਾਡੇ ਅੱਖਾਂ ਦੀ ਅਤੇ ਪੱਟੀਆਂ ਬੰਨਤੀਆਂ ਅਤੇ ਪੈਰਾਂ 'ਚ ਸੰਗਲੀ ਬੰਨਤੀ ਵੀ ਉਹ ਦੇਖਣਾ ਸੀਗਾ ਵੀ ਕਿਹੜਾ ਪਹਿਲਾਂ ਖੋਲੂਗਾ ਅਤੇ ਬਿਗ ਬੋਸ ਦਾ ਸੀਗਾ ਤਾਂ ਅਸੀਂ ਦੋਨੇ ਜਾ ਬੜੇ ਅਤੇ ਜਿਹੜਾ ਜਿੱਤਦਾ ਸੀ ਉਹਨੂੰ ਸ਼ਰਟ ਦਿੰਦੇ ਸੀਗੇ ਅਤੇ ਉਹ ਦੇਖ ਲਓ ਉਹਨੇ ਬੰਨ ਤਿਆ ਹੁਣ ਪੁੱਛਦਾ ਵੀ ਤੁਸੀਂ ਰੈਡੀ ਰੂਡੀ ਹੈਗੇ ਹੋ ਅਤੇ ਬਸ ਆਪਣਾ ਆਪਣਾ ਜਿਵੇਂ ਪਹਿਲਾਂ ਲੋਕ ਕਰਦੇ ਸੀ ਉੱਥੇ ਖੜ੍ਹੀ ਉਹ ਟਰਾਈ ਕਰਦੇ ਸੀਗੇ ਤੁਹਾਡੇ ਕੋਲ ਚਾਰ ਪੰਜ ਚਾਬੀਆਂ ਆਉਂਦੀਆਂ ਨੇ ਆਪਾਂ ਤਾਂ ਸਿੱਧੇ ਦੇਸੀ ਤਰੀਕੇ ਨਾਲ ਬਹਿ ਗਏ ਥੱਲੇ ਦਾਲ ਦਾਲ ਚਾਬੀਆਂ ਵਿੱਚ ਪਾ ਕੇ ਦੇਖੀਆਂ ਅਤੇ ਬਾਕੀ ਦੇਖ ਲਓ ਜੀ ਆ ਦੇਖੋ ਪੁੱਛਦਾ ਕਹਿੰਦਾ ਕਹਿੰਦਾ ਵਿਨਰ ਕੌਣ ਆ ਉਹ ਮੇਰੇ ਆੜੀ ਨੂੰ ਲੱਗਦਾ ਵੀ ਕਿਤੇ ਉਹਨੇ ਖੋਲਤੀ ਪਹਿਲਾਂ ਅਤੇ ਵਧੀਆ ਦਿਨ ਸੀਗਾ ਮੈਂ ਤਾਂ ਵੀਡੀਓ ਪੋਸਟ ਕਰਤੀ ਮੈਂ ਕਿਹਾ ਨਾਲੇ ਮੇਰੀ ਬੈਂਗਲੌਰ ਦੀ ਜੋਬ ਜੋ ਜੋ ਕਿ ਮੈਂ ਇੱਕ ਵੀਡੀਓ 'ਚ ਪਾਈ ਸੀ ਵੀ ਮੈਂ ਬੈਂਗਲੌਰ ਦੇ ਵਿੱਚ ਵੀ ਰਿਹਾ ਹੈ ਗਾਇਸ ਇਟਸ ਅ ਬਿਊਟੀਫੁਲ ਡੇ ਫ੍ਰਾਈਡੇ ਮਾਰਨਿੰਗ ਰੇਨ ਇਸ ਸਟਾਰਟ ਫਾਲਿੰਗ ਯੇ Oh, there's a cute dog. ਬਾਈ ਜਦੋਂ ਸਾਡੇ ਘਰ ਰਿਸ਼ਤੇਦਾਰ ਬਾਹਰੋਂ ਆਉਂਦੇ ਹੁੰਦੇ ਸੀਗੇ ਮੈਨੂੰ ਤਾਂ ਬੜਾ ਚਾਅ ਹੁੰਦਾ ਸੀ ਵੀ ਉਹਨਾਂ ਦੇ ਅਟੈਚੀ ਖੋਲੀਏ ਵਿੱਚੋਂ ਟੋਫੀਆਂ ਟੂਫੀਆਂ ਨਿਕਲਣਗੀਆਂ ਕੁਛ ਨਾ ਕੁਛ ਵੀ ਕੀ ਲੈ ਕੇ ਆਏ ਨੇ ਬੂਟ ਇਹ ਬਹੁਤ ਚਾਅ ਹੁੰਦਾ ਹੀ ਆ ਸਾਰਿਆਂ ਨੂੰ ਆਹ ਵੀਡੀਓ ਮੇਰੇ ਚਾਚੇ ਦੇ ਜਵਾਕਾਂ ਦੀ ਆ ਮੈਨੂੰ ਬੜੀ ਵਧੀਆ ਲੱਗਦੀ ਆ ਅੱਜ ਦੀ ਨੈਕਸਟ ਵੀਡੀਓ ਹੈ ਪਿੰਡ ਟੱਲੇਆਲ ਦੀ ਆ ਪਿੰਡ ਟੱਲੇਆਲ ਮਣੀ ਪੰਜਾਬ ਦਾ ਪਿੰਡ ਆ ਅਤੇ ਅਸੀਂ ਉਹਨਾਂ ਦੇ ਘਰ ਗਏ ਹੋਏ ਸੀਗੇ ਕਿਉਂਕਿ ਮਣੀ ਪੰਜਾਬ ਦਾ ਜਿਹੜਾ ਵੱਡਾ ਭਾਈ ਆ ਉਹ ਮੇਰਾ ਕਲਾਸਮੇਟ ਆ ਅਕਾਸ਼ਦੀਪ ਸਿੰਘ ਅਤੇ ਬਸ ਉਹਨਾਂ ਦੇ ਘਰ ਗਏ ਸੀ ਮੈਨੂੰ ਯਾਦ ਆਏ ਦਿਨ ਖਾਸ ਤਾਂ ਵਾ ਕਿਉਂਕਿ ਇਹ ਦਿਨ ਉਹਦੇ ਭਾਈ ਨੂੰ ਬੁਖਾਰ ਚੜਿਆ ਹੋਇਆ ਸੀਗਾ ਅਕਾਸ਼ ਜੀ ਨੂੰ ਅਤੇ ਭਰਾਵਾ ਸੀਗਾ ਵੀ ਨਹੀਂ ਅਸੀਂ ਤਾਂ ਸੂਏ 'ਚ ਨਹਾਉਣਾ ਕਿਉਂਕਿ ਮੈਂ ਸਾਡੇ ਪਿੰਡ ਸੂਆ ਨਹੀਂ ਹੈਗਾ ਅਤੇ ਤਾਂ ਹੀ ਮੈਨੂੰ ਤੈਰਨਾ ਆਉਂਦਾ ਕੁਛ ਵੀ ਸਾਨੂੰ ਤੈਰਨਾ ਡੂੰਘਾ ਨਹੀਂ ਆਉਂਦਾ ਹੈਗਾ ਇਹ ਸੂਆ 7 ਫੁੱਟ ਇੱਧਰੋਂ ਡੂੰਘਾ ਵਾ ਫਿਰ ਅੱਗੇ ਜਾ ਕੇ 14 ਫੁੱਟ ਡੂੰਘਾ ਹੋ ਜਾਂਦਾ ਅਤੇ ਰਿਸਕ ਹੀ ਸੀਗਾ ਇੱਕ ਤਰ੍ਹਾਂ ਦਾ ਉੱਪਰੋਂ 'ਚ ਹੀ ਉਹਦੇ ਜਿਹੜੇ ਮਣੀ ਪੰਜਾਬ ਦੇ ਘਰ ਦੇ ਸੀ ਉਹ ਸਾਨੂੰ ਉਹਦੇ ਭਾਈ ਨੂੰ ਲੈ ਕੇ ਜਾਣ ਨਹੀਂ ਦਿੰਦੇ ਸੀ ਕਿਉਂਕਿ ਉਹਨੂੰ 103 ਡਿਗਰੀ ਟੈਂਪਰੇਚਰ ਸੀਗਾ ਮੁੜ ਕੇ ਭਰਾਵਾ ਸੀ ਜਦੋਂ ਸੂਏ ਸਾਹਿਬ 'ਚ ਨਹਾਉਣ ਲੱਗ ਗਿਆ ਉਹੀ ਵੀਡੀਓ ਬਣਾ ਰਿਹਾ ਮੁੜ ਕੇ ਆਹ ਸੂਏ ਤੋਂ ਨਹਾਉਣ ਤੋਂ ਬਾਅਦ ਫਿਰ ਅਸੀਂ ਨਹਿਰ 'ਤੇ ਚਲੀ ਗਏ ਉੱਥੇ ਨਹਾਉਣ ਲੱਗ ਗਏ ਅਤੇ ਅਸੀਂ ਉਹਨੂੰ ਮੁੰਡੇ ਨੂੰ ਵਿੱਚ ਪਾ ਲਿਆ ਨਹਿਰ ਦੇ ਵਿੱਚ ਹੀ ਸਿੱਟ ਲਿਆ ਜਿਹਨੂੰ ਬੁਖਾਰ ਸੀਗਾ ਉੱਥੋਂ ਜੀ ਮਣੀ ਪੰਜਾਬ ਦਾ ਡੈਡੀ ਆ ਗਿਆ ਉੱਥੇ ਫਿਰ ਸਾਡੀ ਕਾਫੀ ਗਾਲਾਂ ਪਈਆਂ ਸੀ ਉੱਥੇ ਕੱਚ ਵਧੀਆ ਕੱਚੀ ਦੀ ਉਮਰ ਵਿੱਚ ਕੱਚ ਦਾ ਸਰੀਰ Sir, what is the probability of passing in this exam? Let me give a different, relative answer, but no one has, in the last probably 5 years, only one person has failed, no one has failed. Did he ask the same question?
ਤੇ ਆ ਜਿਹੜੀ ਨੈਕਸਟ ਵੀਡੀਓ ਆ ਇਹ ਉਦੋਂ ਦੀ ਆ ਜਦੋਂ ਮੈਂ ਚੇਨਈ ਰਹਿੰਦਾ ਹੁੰਦਾ ਸੀ। ਉੱਥੇ ਮੈਨੂੰ ਇੱਕ ਦਿਨ ਛੁੱਟੀ ਸੀਗੀ ਅਤੇ ਉੱਥੇ ਮੇਰੇ ਕਾਫੀ ਸਰਕਲ ਦੇ ਵਿੱਚ ਗੋਰੀਆਂ ਸਾਡੇ ਕੰਮ ਕਰਦੇ ਸੀ ਤਾਂ ਉੱਥੇ ਇੱਕ ਉਹਨਾਂ ਦਾ ਗਾਹਾਂ ਫਰੈਂਡ ਆਇਆ ਸੀਗਾ, ਉਹ ਵੀ ਮੁੰਡਾ ਰਾਜਸਥਾਨ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀਗਾ ਲੂਇਸ ਕਰਕੇ। ਤਾਂ ਮੈਂ ਕਿਹਾ ਚੱਲ ਨਾਲੇ ਜਦੋਂ ਉਹਨੂੰ ਮੈਂ ਚੇਨਈ ਘੁਮਾ ਦਿੰਦਾ, ਜਦੋਂ ਮੈਂ ਕੈਨੇਡਾ ਜਾਊਂਗਾ ਤਾਂ ਉਹ ਮੈਨੂੰ ਰਾਜਸਥਾਨ ਯੂਨੀਵਰਸਿਟੀ ਟੋਰਾਂਟੋ ਘੁਮਾ ਦੂਗਾ। ਤਾਂ ਉਹਦੀ ਵੀਡੀਓ ਮੈਂ ਬਾਈ ਨੂੰ ਵਧੀਆ ਘੁਮਾਇਆ ਸੀ, ਪਰ ਉਰੇ ਆ ਕੇ ਬਾਈ ਨੇ ਫੋਨ ਵੀ ਨਹੀਂ ਚੱਕਿਆ। ਹੇ ਲੂਇਸ, ਵਾਟਸ ਯੂਅਰ ਫੁੱਲ ਨੇਮ? ਸੇ ਦੈਟ ਇਜ਼ ਗਿਲੈਡ ਮਿਲੇ ਆ ਬ੍ਰਦਰ ਲੀਮਾ। ਆ ਦੂਜੀ ਕਲਿੱਪ ਵੀ ਉਸੇ ਦਿਨ ਦੀ ਆ, ਅਸੀਂ ਦੋਨੇ ਮਹਾਬਲੀਪੁਰਮ ਗਏ ਸੀਗੇ ਅਤੇ ਮੈਂ ਉਹਨੂੰ ਘੁਮਾਉਂਦਾ ਫਿਰਦਾ ਸੀਗਾ ਅਤੇ ਉੱਥੇ ਇੱਕ ਮੰਦਰ ਸੀਗਾ ਮਹਾਬਲੀਪੁਰਮ ਦੇ ਜਮੀ ਬੀਚ 'ਤੇ ਇੱਕ ਮੰਦਰ ਆ ਅਤੇ ਬਟ ਉੱਥੇ ਥੋਤੋਂ ਟਿਕਟ ਲੈਂਦੇ ਆ 25 ਰੁਪਏ ਦੀ, ਪਰ ਹੁਣ ਮੰਦਰ 'ਚ ਮੈਂ ਤਾਂ ਕਦੇ ਬਣਨ ਦੀ ਟਿਕਟ ਦੇ ਨਹੀਂ ਸਕਦਾ, ਮੈਨੂੰ ਫੇਅਰ ਨਹੀਂ ਲੱਗਦੀ ਉਹ ਚੀਜ਼। ਅਤੇ ਮੈਨੂੰ ਕਿਹਾ ਆਪਾਂ ਐਂ ਕਰਦੇ ਆਪਾਂ ਪਿੱਛੋਂ ਕੰਧ ਟੱਪ ਕੇ ਚੱਲਦੇ ਹਾਂ ਵੀ ਕੋਈ ਨਾ ਦੇਖੀ ਜਾਊਗੀ ਕੀ ਹੋਊਗਾ, ਫੜੇ ਗਏ ਫੜੇ ਗਏ। ਇੱਧਰਲੇ ਪਾਸੇ ਪੁਲਿਸ ਵੀ ਸੀਗੀ ਜਿਹੜੀ ਮੇਨ ਗੇਟ 'ਤੇ, ਫੀਸ ਉਹ ਟਿਕਟ ਕੱਟਦੇ ਆ ਅਤੇ ਭਰਾਵਾ ਡਰੀ ਜਾਵੇ ਫਿਰ ਕੀ। ਬਸ ਫਿਰ ਅਸੀਂ ਮੈਨੂੰ ਪਿੱਛੇ ਲੈ ਗਿਆ ਸੀਗੀ 10 ਕੁ ਫੁੱਟ ਦੀ ਕੰਧ, ਫਿਰ ਅਸੀਂ ਕੰਧ ਟੱਪੀ ਨਾਲੇ ਐਨ ਸਾਰਾ ਮੰਦਰ ਘੁੰਮਿਆ, ਫਿਰ ਮੁੜ ਕੇ ਕੰਧ ਟੱਪੀ ਬਾਹਰ ਆ ਗਏ। ਸੋ ਵੀ ਆਰ ਇਨ ਦਾ ਮਹਾਬਲੀਪੁਰਮ ਟੈਂਪਲ and Luis will tell you how we entered. So we just basically jumped the fences over there. This is LinkedIn. Illegal stuff. That's how it is. That's how it is. That's how we roll. ਆ ਜਿਹੜੀਆਂ ਦੋ ਨੈਕਸਟ ਕਲਿੱਪਾਂ ਨੇ, ਇੱਕ ਮੇਰੀ ਹੈਗੀ ਆ ਜਦੋਂ ਮੈਂ ਕੈਨੇਡਾ ਤੋਂ ਇੰਡੀਆ ਆਇਆ ਸੀਗਾ, ਦੂਜੀ ਹੈਗੀ ਆ ਜਦੋਂ ਮੈਂ ਕੈਨੇਡਾ ਦੇ ਵਿੱਚ ਲੈਂਡ ਹੋਇਆ ਸੀ ਪਹਿਲੀ ਵਾਰ। ਅਤੇ ਮੈਂ ਤਾਂ ਪਾ ਰਿਹਾ ਕਿਉਂਕਿ ਜਦੋਂ ਮੈਂ ਇੰਡੀਆ ਤੋਂ ਕੈਨੇਡਾ ਸੀਗਾ ਤਾਂ ਮੈਨੂੰ ਕੋਈ ਫਿਰ ਘਰ ਦੇ ਘੁੱਟ ਦੇ ਨੇ ਨਹੀਂ ਛੱਡਿਆ ਸੀਗਾ, ਮੇਰਾ ਆੜੀ ਮੈਨੂੰ ਪਿੰਡ ਤੋਂ ਲੈ ਕੇ ਲੁਧਿਆਣੇ ਛੱਡਿਆ ਸੀਗਾ ਅਤੇ ਲੁਧਿਆਣੇ ਤੋਂ ਮੈਂ ਬਾਦਲ ਸਾਹਿਬ ਦੀ ਬੱਸ ਦੇ ਵਿੱਚ ਚੜ੍ਹ ਕੇ ਦਿੱਲੀ ਉੱਤਰ ਗਿਆ ਸੀ, ਦਿੱਲੀ ਤੋਂ ਆਪਾਂ ਪਟਨਾ ਸਾਹਿਬ ਨਾਲ ਚੱਲ ਗਏ ਸੀ, ਆ ਫਿਰ ਬਸ ਕੈਨੇਡਾ ਉੱਤਰਿਆ ਸੀਗਾ ਤਾਂ ਮੇਰੇ ਭਾਈ ਅਤੇ ਮੇਰੀ ਭੂਆ ਮੈਨੂੰ ਪਿੱਕ ਕਰਨ ਆਏ ਸੀ। ਆ ਜਿਹੜੀ ਨੈਕਸਟ ਵੀਡੀਓ ਕਲਿੱਪ ਆ ਇਹ ਵੀ ਚੇਨਈ ਦੀ ਆ, ਅਸੀਂ ਓਪਨ ਚੇਨਈ ਜਾਂਦਾ ਸੀ, ਬਹੁਤ ਸੋਹਣੇ ਅਪਾਰਟਮੈਂਟਸ ਉੱਥੇ ਰਹਿੰਦੇ ਹੁੰਦੇ ਸੀਗੇ ਅਤੇ ਪਿੱਛੇ ਤੁਸੀਂ ਉਹ ਦਾਰੂ ਦੀਆਂ ਉਹਦੀਆਂ ਬੀਅਰ ਦੀਆਂ ਬੋਤਲਾਂ ਦੇਖੋਗੇ ਮੇਰੇ ਨਾਲ ਦੇ, ਉਦੋਂ ਬਾਹਲੀ ਬੀਅਰ ਪੀਂਦੇ ਹੁੰਦੇ ਜਿਹਨਾਂ ਨਾਲ ਮੈਂ ਰਹਿੰਦਾ ਹੁੰਦਾ ਸੀ, ਉਹਨਾਂ ਦੇ ਕੱਛੂ ਜਿਹਾ ਰੱਖਿਆ ਹੁੰਦਾ ਸੀਗਾ ਅਤੇ ਮੁੜ ਕੇ ਮਰ ਗਿਆ ਸੀ ਇਹ, ਅਤੇ ਉਹੀ ਆ ਮੈਂ ਕਿਹਾ ਪਾ ਦੀ ਯਾਰ ਬੜੀ ਡਿਫਰੈਂਟ ਜੀ, ਤੁਸੀਂ ਵੇਖਿਆ ਨਹੀਂ ਹੋਣਾ ਕਿਹੋ ਜਿਹੀ ਚੀਜ਼ ਹੁੰਦੀ ਹੈ ਟਰਟਲ। ਗੱਭਰੂ ਲੁਧਿਆਣੇ ਦੀ ਧਰਤੀ ਤੋਂ ਮਿਸਟਰ ਮਾਰਕੀਟ, ਜੁੱਸਾ ਦੇਖੋ ਮਿੱਤਰ ਮਿੱਤਰ ਦਾ, ਇਹ 6-6 ਫੁੱਟ ਦੇ ਕੱਦ ਅਤੇ ਡੋਲੇ 25 ਇੰਚ ਦੇ, ਇੱਧਰ ਸਾਡਾ ਸਰਦਾਰ ਬਾਈ ਨਵਦੀਪ ਸਿੰਘ ਪਿੰਡ ਸੁਧਾਰ, ਉਹ ਜੰਮਿਆ ਚੂਰੀਆਂ ਖਾ ਕੇ ਅਤੇ ਅੱਜ ਪੌਂਡੇਚੇਰੀ ਦੇ ਮੈਦਾਨ ਦੇ ਵਿੱਚ ਬੀਚ ਦੇ ਕਿਨਾਰੇ ਇਹ ਅੱਜ ਰੇਟਾਂ ਪਾਉਣ ਜਾ ਰਹੇ ਨੇ, ਪਹਿਲੀ ਰੇਟ ਪਾਊਗਾ ਮਿਸਟਰ ਮਾਰਕੀਟ। ਚੱਲ ਵੀ ਜਵਾਨ ਆਹ ਮਾਰੀ ਉਹਨੇ ਪੱਟ 'ਤੇ ਥਾਪੀ, ਇਹ ਚੱਲਿਆ ਗੱਭਰੂ ਰੇਟ ਪਾਉਣ, ਕਹਿੰਦਾ ਅੱਜ ਨਹੀਂ ਛੱਡਦਾ ਅੱਜ ਨਹੀਂ ਸੁੱਕਾ ਜਾਣ ਦਿੰਦਾ, ਉਹ ਲੈ ਗਿਆ ਉਹ ਪੈ ਗਿਆ ਪਿੱਛੇ, ਉਹ ਜਿੱਤ ਗਿਆ ਸ਼ਾਬਾਸ਼ ਹੈ ਜਵਾਨ ਦੇ। ਦੂਜੀ ਰੇਟ ਪਾਉਣ ਇੱਧਰ ਨਵਦੀਪ ਸਿੰਘ ਜਾ ਰਿਹਾ ਹੈ, ਇਹ ਮੈਦਾਨ ਦੀ ਕੋਈ ਲਿਮਿਟ ਨਹੀਂ, ਜਿੱਥੇ ਮਰਜ਼ੀ ਭੱਜੀ ਜਾਓ, ਕੋਸ਼ਿਸ਼ ਕਰਦਾ ਹੋਇਆ ਬਹੁਤ ਹੀ ਖੂਬਸੂਰਤ ਕੋਸ਼ਿਸ਼, ਇਹ ਹੱਥ ਲਾਏ ਬਿਨਾ ਹੀ ਹੱਥ ਲਾਏ ਬਿਨਾ ਹੀ, ਇਹ ਕਹਿੰਦੇ ਇੱਦਾਂ ਹੀ ਆ ਭਾਈ ਜਿੱਤੂਗਾ, ਦੋ ਅੰਕ ਲੈ ਕੇ ਮਾਰਕੀਟ ਫਰੋਮ ਪਿੰਡ ਲੁਧਿਆਣਾ ਇਹ ਅੱਗੇ ਜਾ ਰਹੇ ਨੇ। ਚਲੋ ਜੀ ਚੱਲਿਆ ਜਵਾਨ ਦੂਜੀ ਰੇਟ ਪਾਉਣ ਲਈ, ਉਹ ਹੱਥ ਜੋੜਦਾ ਕਹਿੰਦਾ ਨਾ ਜੀ ਮੈਂ ਨਹੀਂ ਹੱਥ ਆਉਂਦਾ, ਉਹ ਡਰ ਕੇ ਡਿੱਗ ਪਿਆ, ਉਹ ਜਿੱਤ ਕੇ ਵਾਪਸ ਆਉਂਦਾ ਹੋਇਆ ਬੱਕਰੇ ਬੁਲਾਉਂਦਾ ਹੋਇਆ। ਇਹ ਮੈਚ ਇੱਕ ਤਰਫਾ ਹੁੰਦਾ ਜਾਪਦਾ, ਇਸ ਲਈ ਇਹਨੂੰ ਇੱਥੇ ਬੰਦ ਕੀਤਾ ਜਾਵੇ, ਖਿਡਾਰੀਆਂ ਦੀ ਪੁਰਜ਼ੋਰ ਮੰਗ ਤੇ ਇੱਕ ਰੇਟ ਹੋਰ, ਇਹ ਮਿੰਨਤਾਂ ਕੱਢਦਾ ਹੋਇਆ ਭਾਈ ਹੱਥ ਲਾ ਲੈਣ ਦੇ, ਇਹ ਚੱਲਿਆ ਜੇ ਚੱਲਿਆ ਜੇ ਕਹਿੰਦਾ ਸਿੱਧਾ ਨਹੀਂ ਤਾਂ ਸਿੱਧੇ ਤੌਰ ਤੇ, ਚਾਹੇ ਲੱਕੜੀ ਕਿਉਂ ਨਾ ਲਾਉਣੀ ਪਵੇ, ਕਹਿੰਦਾ ਕਹਿੰਦਾ ਖਿੱਚ ਕੇ ਸਮੁੰਦਰ 'ਚ ਲੈ ਜੂੰਗਾ, ਕਹਿੰਦਾ ਹਟਾ ਲਿਆ ਜੇ। ਸਾਢੇ 3 ਅੰਕਾਂ ਨਾਲ ਜੇਤੂ ਆਪਣਾ ਖਿਡਾਰੀ ਮਨਿੰਦਰ ਸਿੰਘ ਮਾਰਕੀਟ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ।
ਕਈ ਬਾਈਆਂ ਦੇ ਕਮੈਂਟਾਂ ਦੇ ਹੁੰਦੇ ਵੀ ਬਾਈ ਪੱਗ ਬੰਨ ਕੇ ਵੀਡੀਓ ਬਣਾਇਆ ਕਰਾਂ, ਦੇਖ ਲਓ ਬਾਈ ਜਦੋਂ ਇੰਡੀਆ ਜਾਂਦੇ ਸੀ ਕਦੇ ਕਦੇ ਬੰਨ ਵੀ ਲਈ ਦੀ ਹੁੰਦੀ ਸੀਗੀ। ਅਸੀਂ ਅੰਮ੍ਰਿਤਸਰ ਗਏ ਸੀਗੇ ਲੁਧਿਆਣੇ ਤੋਂ ਮੋਟਰਸਾਈਕਲਾਂ 'ਤੇ, ਅਤੇ ਆਹ ਮੇਰਾ ਬੈਸਟ ਫਰੈਂਡ ਆ ਨਾਲ ਨਵਦੀਪ ਸਿੰਘ, ਅਤੇ ਦੂਜਾ ਸੰਧੂ ਆ, ਉਹ ਵੀ ਬਹੁਤ ਵਧੀਆ ਫਰੈਂਡ ਆ। ਕੀ ਕਰਨਾ ਚਾਹੀਦਾ ਵੀਰੇ ਮੁੰਡੇ ਨੂੰ ਆਪਣੇ ਨੂੰ? ਉਹ ਬੈਲੀ ਬਣ ਜਾਣਾ ਚਾਹੀਦਾ। ਨਹੀਂ ਤੁਸੀਂ ਪਹਿਲਾਂ ਸੁਝਾਅ ਵਧੀਆ ਲੱਗਿਆ ਮੈਨੂੰ, ਮੈਂ ਤਾਂ ਰਿਕਾਰਡ ਕਰ ਰਿਹਾ, ਕੱਲ ਨੂੰ ਮੈਨੂੰ ਕੋਈ ਪੁੱਛੇ ਮੈਂ ਉਹਨਾਂ ਨੂੰ ਆਹੀ ਵੀਡੀਓ ਦਿਖਾ ਦੂੰਗਾ ਜਾਂ ਦੱਸਿਆ ਦੱਸੀ ਗੱਲ। ਨਹੀਂ ਯਾਰ ਸਲਾਹ ਦੇ ਸੀਰੀਅਸਲੀ ਕੁੰਡੀ ਥੋੜਾ ਫਸਦਾ ਸੋਨਾ ਤੈਨੂੰ ਛੱਡਿਆ ਸਮੁੰਦਰ ਚ ਕੱਢ ਲਈ ਜਿੰਨਾ ਕੱਢਣਾ ਜਿਹੜੀ ਨੈਕਸਟ ਵੀਡੀਓ ਕਲਿੱਪ ਆ, ਮੰਨੋ ਜਾਂ ਨਾ ਮੰਨੋ, ਇਹਦੇ ਵਿੱਚ ਮੈਂ ਸਾਈਕਲ ਦੇ ਉੱਤੇ ਮੋਟਰਸਾਈਕਲ ਕੱਟਿਆ ਸੀ, ਇੱਕ ਵਾਰੀ ਮੁੜ ਕੇ ਮੈਨੂੰ ਕੱਟ ਗਿਆ ਸੀ, ਪਰ ਮੈਂ ਸਾਈਕਲ ਭਜਾ ਕੇ ਮੋਟਰਸਾਈਕਲ ਨਾਲ ਮੇਰੀ ਰੇਸ ਲੱਗ ਗਈ ਸੀ, ਮੈਂ ਕੱਟਿਆ ਸੀ ਮੰਨੋ ਚਾਹੇ ਨਾ ਮੰਨੋ। ਅਤੇ ਇਹ ਵੀਡੀਓ ਤਾਂ ਕਰਕੇ ਮੈਂ ਪਾਈ ਆ ਕਿਉਂਕਿ ਇੱਕ ਦਿਨ ਮੈਂ ਬਸ ਸਾਨੂੰ ਛੁੱਟੀਆਂ ਹੋਈਆਂ ਸੀਗੀਆਂ, ਅਤੇ ਮੈਂ ਘਰ ਬੈਠਾ ਸੀ, ਟਿੱਕੇ ਆਰਾਮ ਨਾਲ ਆਪਣਾ ਘਰ ਟਾਈਮ ਇੰਜੋਏ ਕਰ ਰਿਹਾ ਸੀਗਾ, ਅਤੇ ਤੜਕੇ ਹੀ ਮੇਰਾ ਜਿਹੜਾ ਇੱਕ ਬਹੁਤ ਵਧੀਆ ਫਰੈਂਡ ਆ ਨਵਦੀਪ ਸਿੰਘ ਗਿੱਲ, ਬੈਸਟ ਫਰੈਂਡ ਹੀ ਆ, ਅਤੇ ਇਹ ਸੁਧਾਰ ਪਿੰਡ ਰਹਿੰਦਾ, ਸਾਡੇ ਪਿੰਡ ਤੋਂ ਕਾਫੀ ਦੂਰ ਆ, ਅਤੇ ਇਹ ਤੜਕੇ ਹੀ 10 ਵਜੇ ਮੇਰੇ ਘਰ ਵੱਜਿਆ ਸਾਈਕਲ 'ਤੇ, ਪੂਰਾ ਉੱਤੇ ਪਾਨਾ ਪੂਨਾ ਬੰਨ ਕੇ ਕਹਿੰਦਾ ਅਨੰਦਪੁਰ ਸਾਹਿਬ ਜਾਣਾ ਸਾਈਕਲਾਂ 'ਤੇ। ਮੈਂ ਕਿਹਾ ਕੀ ਕਹੀਏ, ਇੰਨਾ ਤੇਰਾ ਦਿਮਾਗ ਸੈੱਟ ਆ? ਉੱਤੋਂ ਜੀ ਸਾਡੇ ਘਰ ਦੇ ਵੀ ਕਹਿੰਦੇ ਜਾ 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 ਵੜੋ ਜਾ ਵੜੋ, ਅਤੇ ਕਿਉਂਕਿ ਉੱਥੇ ਸਾਈਕਲ ਚਲਾਉਣ ਦੀ ਆਦਤ ਵੀ ਨਹੀਂ ਹੁੰਦੀ ਸੀਗੀ, ਡਿਗਰੀ ਦਾ ਫਾਈਨਲ ਈਅਰ ਮੁੰਡੇ ਦਾ ਪਾਸ ਕਰ ਗਏ ਸੀਗੇ, ਅਤੇ ਸਾਈਕਲ ਚਲਾਉਣ ਦੀ ਆਦਤ ਨਹੀਂ ਸੀਗੀ, ਅਤੇ ਬਸ ਫਿਰ ਸਾਡੇ ਘਰ ਤੋਂ ਅਨੰਦਪੁਰ ਸਾਹਿਬ 100 ਕਿਲੋਮੀਟਰ ਤੋਂ ਵੱਧ ਹੀ ਆ, ਕਾਫੀ ਦੂਰ ਆ, ਕਿਉਂਕਿ ਲੁਧਿਆਣੇ ਤੋਂ ਫਿਰ ਰੋਪੜ ਟੱਪ ਕੇ ਫਿਰ ਅਨੰਦਪੁਰ ਸਾਹਿਬ ਆਉਂਦਾ। ਅਤੇ ਬਸ ਐਵੇਂ ਸਾਈਕਲਾਂ 'ਤੇ ਗਏ ਸੀਗੇ, ਬਹੁਤ ਫਨ ਸੀ ਦੋਨੇ ਜਾਣੇ, ਅਸੀਂ ਪੂਰਾ ਟ੍ਰਿਪ ਕੱਢਿਆ ਉੱਥੇ, 3 ਦਿਨ ਸਰਾਂ 'ਚ ਰਹੇ, ਸਾਰੀ ਆ ਜਗ੍ਹਾਵਾਂ ਘੁੰਮੀਆਂ ਸਾਈਕਲਾਂ 'ਤੇ। ਤਾਂ ਮੈਂ ਇਹ ਕਹਿੰਦਾ ਹੁੰਦਾ ਬੰਦੇ ਨੂੰ ਨਾ ਇਹੋ ਜਿਹੇ ਟ੍ਰਿਪ ਕੱਢ ਲੈਣਾ ਚਾਹੀਦਾ, ਬਹੁਤ ਵਧੀਆ ਟ੍ਰਿਪ ਸੀਗਾ, ਅਤੇ ਇਹ ਪੂਰਾ ਨਜ਼ਾਰਾ ਆਇਆ ਸੀਗਾ, ਅਤੇ ਉਹਦੀਆਂ ਵੀਡੀਓ ਕਲਿੱਪਸ ਨੇ, ਦੇਖਦੇ ਹਾਂ। ਨੱਚ 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 ਬਾਤ ਰੇ, ਨਹੀਂ ਰਿਸਾ ਤੇਰੀਆਂ ਵਾਲਾ ਘੇਰ ਕੱਟਿਆ ਤੇ ਘੱਟ ਹੀ ਗਈ ਆ ਉਹਨੇ, ਤੇਜ਼ ਗੱਲ ਆ, ਹੁਣ ਆਪਾਂ ਕੱਟਦਾ ਮੋਟਰਸਾਈਕਲ ਵੀ ਨਾ ਫਿਰ ਕਵਰ ਹਟਿਆ ਦਮ ਚੜਿਆ ਪਿਆ, ਪਰ ਆਪਾਂ ਹੁਣ ਕਹਿ ਸਕਦੇ ਆਪਾਂ ਮੋਟਰਸਾਈਕਲ ਕੱਟਿਆ ਜ਼ਿੰਦਗੀ, ਬੱਚਿਆਂ ਨੂੰ ਦੱਸ ਸਕਦੇ ਹਾਂ, ਬੱਚਿਆਂ ਨੂੰ ਦੱਸਿਆ ਕਰੋ ਇਹ ਕਹਾਣੀ ਆ। ਕਹਾਣੀ ਬਾਈ, ਹਾਂ ਬਾਈ, ਕਣਕ ਦੇ ਨਾ ਸੱਟ ਲੱਗੀ ਵਿਚਾਰੇ ਦੇ ਪੈਰ ਦੇ, ਠੀਕ ਹੋ ਜੂ ਤੇਰੀ ਸੱਟ ਬਾਈ, ਹੁਣ ਅਸੀਂ ਅਨੰਦਪੁਰ ਸਾਹਿਬ ਤੇਰੀ ਦੁਆ ਕਰਦੇ ਹਾਂ ਵੀ ਤੁਸੀਂ ਠੀਕ ਹੋ ਜਾਵੇ, ਠੀਕ ਆ ਵੀ ਦੁਕਾਨ ਦਾ ਨਾਂ ਦੱਸ ਦਿਓ, ਰਵਿੰਦਰ ਕੁਮਾਰ ਪਿਆ, ਆਹ ਵੇਖ ਲੈ, ਠੀਕ ਆ, ਚੰਗਾ ਵੀ ਲੱਗਿਆ, ਮਾਣਕ ਦਾ ਬਾਈ ਬਹੁਤ ਤਕੜਾ ਫੈਨ ਆ, ਫੈਨ ਆ ਬੜਾ ਬੜਾ, ਉਹ ਹਰੀ ਸਿੰਘ ਦਾ ਬਹੁਤ ਬੜਾ ਫੈਨ, ਹਰੀ ਸਿੰਘ ਦਾ ਫੈਨ ਆ, ਅਸੀਂ ਵੀ ਇਹਨਾਂ ਦੇ, ਅਸੀਂ ਇਹਨਾਂ ਦੇ ਫੈਨ ਆ ਵੀ, ਇਹ ਅਨੰਦਪੁਰ ਸਾਹਿਬ ਵਿੱਚ ਸਾਡੀ ਲਾਸਟ ਵੀਡੀਓ ਵਾਂਗੂ ਆ, ਅਸੀਂ ਹੁਣ ਸਵਾਰ ਹੋ ਕੇ ਐਨ ਸਜਾ ਕੇ ਸਾਈਕਲ ਨੂੰ, ਬਹੁਤ ਫਨ ਕੀਤਾ, ਬਹੁਤ ਕੁਛ ਗੱਲਾਂ ਨਵੀਆਂ ਸਿੱਖੀਆਂ ਜ਼ਿੰਦਗੀ ਚ, ਅੱਜ ਮਨਿੰਦਰ ਨੇ ਇੱਕ ਬੰਦੇ ਨੂੰ ਬਹੁਤ ਹੀ ਪਿਆਰ ਭਰੀ ਚਾਹ ਵੀ ਪਿਆਈ, ਚਾਹ ਵੀ ਪਿਆਈ, ਕੈਮਰਾ ਪੁੱਠਾ ਫੜਿਆ ਨਵੀਂ ਨੇ ਮੈਨੂੰ ਪਤਾ ਨਹੀਂ। ਤੇ ਆਹ ਵੀਡੀਓ ਮੇਰੇ ਲਈ ਇਸ ਕਰਕੇ ਖਾਸ ਆ ਕਿਉਂਕਿ ਇਹ ਮੇਰੀ ਪਹਿਲੀ ਅਤੇ ਆਖਰੀ ਕੈਂਪਿੰਗ ਸੀਗੀ,
ਉਦੋਂ ਮੈਂ ਅਹਿਮਦਾਬਾਦ ਗੁਜਰਾਤ ਦੇ ਵਿੱਚ ਕੰਮ ਕਰਦਾ ਹੁੰਦਾ ਸੀਗਾ ਅਤੇ ਮੇਰੇ ਨਾਲ ਦੇ ਨੇ ਇੱਕਦਮ ਜਿਹੜੇ ਮੇਰੇ ਨਾਲ ਦਿੱਲੀ ਦੇ ਮੁੰਡੇ ਹੁੰਦੇ ਸੀ ਉਹਨਾਂ ਨੇ ਪਲੈਨ ਬਣਾਇਆ ਕਹਿੰਦੇ ਕੈਂਪਿੰਗ ਕਰਕੇ ਆਉਣੀ ਆ ਦੁਆਰਕਾ ਗੁਜਰਾਤ ਦੇ ਵਿੱਚ ਬੀਚ ਦੇ ਉੱਤੇ ਟੈਂਟ ਉਂਟ ਲੈ ਕੇ ਗਏ ਅਸੀਂ ਪੂਰਾ ਅਤੇ ਆਹ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਬੀਚ ਦੇਖਿਆ ਸੀਗਾ ਅਤੇ ਮੈਨੂੰ ਉਸੇ ਦਿਨ ਤੋਂ ਮਤਲਬ ਬੀਚ ਨਾਲ ਕਹਿ ਲਓ ਵੀ ਪਿਆਰ ਜਿਹਾ ਹੋ ਗਿਆ ਮੈਨੂੰ ਪਹਾੜ ਵੀ ਵਧੀਆ ਲੱਗਦੇ ਆ ਪਰ ਮੈਂ ਜਦੋਂ ਪਹਾੜਾਂ ਜਾਂਦਾ ਮੈਨੂੰ ਮੋਸ਼ਨ ਸਿਕਨੈਸ ਹੀ ਹੋ ਜਾਂਦੀ ਆ ਤਾਂ ਮੈਂ ਇੰਨਾ ਗੁੱਡ ਫੀਲ ਨਹੀਂ ਕਰਦਾ ਪਰ ਬੀਚ ਦੇ ਵਿੱਚ ਮੈਨੂੰ ਇਹਦੇ ਉੱਤੇ ਆਲੇ ਦੁਆਲੇ ਇੰਨਾ ਜ਼ਿਆਦਾ ਨਜ਼ਾਰਾ ਆਉਂਦਾ ਸਮੁੰਦਰ ਮੈਂ ਉਰੇ ਪਹਿਲੀ ਵਾਰੀ ਦੇਖਿਆ ਸੀ ਤਾਂ ਮੈਂ ਵੀਡੀਓ ਪਾ ਰਿਹਾ ਮੈਂ ਕਿਹਾ ਚੱਲ ਨਾਲੇ ਮੈਨੂੰ ਯਾਦਗਾਰੀ ਬਣ ਜੂਗੀ ਵੀ ਆਹ ਵੀਡੀਓ ਹੈਗੀ ਆ ਕਦੇ ਡਿਲੀਟ ਨਹੀਂ ਹੋਈ ਸੀਗੀ ਅਤੇ ਬਹੁਤ ਵਧੀਆ ਸੀਗਾ ਅਸੀਂ ਉਰੇ ਟੈਂਟ ਲਾ ਕੇ ਕੈਂਪਿੰਗ ਕੀਤੀ ਸੀ ਪੂਰਾ ਨਾਲ ਅਸੀਂ ਖਾਣ ਨੂੰ ਲੈ ਗਏ ਸੀਗੇ ਅਤੇ ਆਹ ਵਾਲੀ ਜਿਹੜੀ ਵੀਡੀਓ ਆ ਇਹ ਬਾਹਲੀ ਕਰੀਂਦੀ ਆ ਯਾਰ ਇਹਦੀ ਸਟੋਰੀ ਆਏ ਹਾਂ ਜਿਹੜਾ ਤੁਸੀਂ ਗਿਟਾਰ ਵਾਲਾ ਦੇਖ ਰਹੇ ਹੋ ਨਾਲ ਇਹਦੀ ਸਟੋਰੀ ਆਏ ਹਾਂ ਵੀ ਮੈਂ ਘਰਦਿਆਂ ਨੂੰ ਕਿਹਾ ਵੀ ਗਿਟਾਰ ਲੈਣਾ ਮੇਰਾ ਡੈਡੀ ਕਹਿੰਦਾ ਤੇਰਾ ਦਿਮਾਗ ਸੈੱਟ ਆ ਜਿਵੇਂ ਆਪਣੇ ਘਰ ਦੇ ਕਹਿੰਦੇ ਹੁੰਦੇ ਆ ਮੈਨੂੰ ਇੰਨਾ ਸ਼ੌਂਕ ਚੜਿਆ ਸੀ ਫੋਰਥ ਥਰਡ ਈਅਰ ਦੀ ਗੱਲ ਆ ਇਹ ਅਤੇ ਉਹ ਹਾਂ ਸੱਚ ਆ ਜਿਹੜਾ ਪਿੱਛੇ ਉੱਤਰੇ ਆਉਂਦਾ ਹੁਣ ਤੁਸੀਂ ਦੇਖ ਰਹੇ ਹੋ ਇਹ ਮੇਰਾ ਭਾਈ ਆ ਦੇਖੋ ਅਤੇ ਇਹਦੀ ਹੁਣ ਵਾਲੀ ਫੋਟੋ ਤੁਸੀਂ ਆਹ ਦੇਖ ਸਕਦੇ ਹੋ ਹੁਣ ਕਿੰਨਾ ਚੇਂਜ ਹੋ ਗਿਆ ਅਤੇ ਆਹੀ ਬਸ ਉਦੋਂ ਸ਼ੌਂਕ ਹੁੰਦੇ ਸੀ ਦੇਖ ਲਓ ਮੈਂ ਆਪਣੀ ਜਾਣ 'ਚ ਪੂਰਾ ਘੈਂਟ ਬਣ ਰਿਹਾ ਅਤੇ ਮੈਨੂੰ ਕੁਛ ਵਜਾਉਣਾ ਨਹੀਂ ਆਉਂਦਾ ਕਿਤੋਂ ਨਹੀਂ ਮੈਂ ਸਿੱਖਿਆ ਸੀਗਾ ਅਤੇ ਸਟੋਰੀ ਆ ਮੈਂ ਲੁਧਿਆਣੇ ਜਦੋਂ ਗਿਟਾਰ ਲੈਣ ਗਿਆ ਸੀ ਗਿਟਾਰ ਸੀਗਾ 2600 ਰੁਪਈਏ ਦਾ ਅਤੇ ਘਰਦਿਆਂ ਨੂੰ ਐਂ ਕਿਵੇਂ ਨਾ ਕਿਵੇਂ ਪੈਸੇ ਬਚਾ ਕੇ ਕੁੰਡੀਆਂ ਲਾ ਕੇ ਗਿਟਾਰ ਲਿਆ ਸੀਗਾ ਅਤੇ ਜਦੋਂ ਮੈਂ ਘਰ ਗਿਟਾਰ ਲੱਗਿਆ ਮੈਂ ਮੇਰਾ ਡੈਡੀ ਬੈਠਾ ਸੀ ਮੇਰਾ ਚਾਚਾ ਮੇਰੀ ਮੰਮੀ ਕਹਿੰਦੇ ਕਿੰਨੇ ਦਾ ਗਿਟਾਰ ਆਇਆ ਮੈਂ ਕਿਹਾ ਵੀ 600 ਰੁਪਏ ਦਾ ਹੈਗਾ 2600 ਵੀ ਉੱਤੋਂ ਜੀ ਉਹ ਕਹਿੰਦੇ ਇੰਨਾ ਮਹਿੰਗਾ ਯਾਰ ਕਹਿੰਦੇ ਹੈ ਤਾਂ 'ਚ ਲੱਕੜੀ ਆ ਇੰਨਾ ਮਹਿੰਗਾ ਕੀ ਕਰਨਾ ਸੀਗਾ ਅਤੇ ਮੁੜ ਕੇ ਉਹੀ ਜਿਵੇਂ ਤੁਹਾਨੂੰ ਪਤਾ ਪਿੰਡਾਂ ਹੋਏ ਕਹਿੰਦੇ ਵੀ ਨਹੀਂ ਗਿਟਾਰ ਬਜਾ ਸਾਡੇ ਗੁਆਂਢੀਆਂ ਦਾ ਘਰ ਆ ਵੈਸੇ ਅਤੇ ਬਸ ਜੀ ਗਿਟਾਰ ਫਿਰ ਮੈਨੂੰ ਘਰ ਵਜਾਉਣਾ ਵੀ ਮਨਾ ਕਰਤਾ ਸੀ ਕਹਿੰਦੇ ਵਜਾਉਣਾ ਨਹੀਂ ਸਾਡੀ ਨੀਂਦ ਖੁੱਲ੍ਹ ਜਾਂਦੀ ਆ ਨਾ ਤੂੰ ਦੁਪਹਿਰੇ ਸੌਣ ਦਿੰਦਾ ਤਾਂ ਫਿਰ ਬੰਦੇ ਦੇ ਕਈ ਸ਼ੌਂਕ ਜੀ ਐਂ ਹੀ ਰਹਿ ਜਾਂਦੇ ਆ ਅਤੇ ਆਹ ਦੇਖ ਲਓ ਜਾਣੀ ਉਦੋਂ ਹੁਣ ਮੈਨੂੰ ਦੇਖ ਕੇ ਨਾ ਵੀਡੀਓ ਲੱਗਦਾ ਹੁੰਦਾ ਵੀ ਮੈਂ ਕੀ ਕਰ ਰਿਹਾ ਸੀਗਾ ਆਹ ਦੇਖ ਲਓ ਪੂਰਾ ਘੈਂਟ ਬਣ ਰਿਹਾ ਮੈਂ ਪਿੱਛੇ ਬੈਠ ਪਿਆ ਕ੍ਰਿਕਟ ਵਾਲਾ ਕ੍ਰਿਕਟ ਖੇਡੀ ਜਾ ਰਹੀ ਸੀ ਆਹ ਦੇਖ ਲਓ ਬੁਲਟ ਮੋਟਰਸਾਈਕਲ ਮੈਂ ਮੇਰੇ ਕੋਲ ਬੁਲਟ ਹੁੰਦਾ ਸੀਗਾ ਸਾਡੇ ਗੁਆਂਢੀ ਦੇ ਮੁੰਡੇ ਕੋਲ ਵੀ ਬੁਲਟ ਸੀਗਾ ਅਤੇ ਐਨਕਾਂ ਲਾਈਆਂ ਹੋਈਆਂ ਨੇ ਹੁਣ ਉਹਨੂੰ ਦੇਖ ਨਾ ਉਹ ਕਚੀਚੀਆਂ ਹੀ ਹੋ ਗਈਆਂ ਵੀ ਆਹ ਮੈਂ ਕੀ ਕਰੀ ਜਾਂਦਾ ਅਤੇ ਜਿਹੜੀ ਨੈਕਸਟ ਵੀਡੀਓ ਹੈ ਮੇਰੇ ਦਿਲ ਦੇ ਬਹੁਤ ਕਰੀਬ ਆ ਜਦੋਂ ਮੈਂ ਦੇਖਦਾ ਇਹਨੂੰ ਮੈਨੂੰ ਬਾਹਲੀ ਹਾਸੀ ਆਉਂਦੀ ਆ ਗੱਲ ਇੱਦਾਂ ਹੋਈ ਸੀ ਵੀ ਮੈਂ ਮੇਰਾ ਭਾਈ ਜਿਹੜਾ ਪੀਲੇ ਗਏ ਅਪਰ ਪਾਇਆ ਜੀ ਦੇ ਅਤੇ ਸਾਡਾ ਗੁਆਂਢੀਆਂ ਦਾ ਮੁੰਡਾ ਸੀ ਉਹਨਾਂ ਦੇ ਘਰ ਬੈਠੇ ਸੀਗੇ ਉਹ ਕਹਿੰਦਾ ਵੀ ਐਂ ਕਰਦੇ ਹਾਂ ਆਪਾਂ ਸ਼ਰਲਕ ਹੋਮਸ ਨੂੰ ਰੈਪਲੀਕੇਟ ਕਰਦੇ ਹਾਂ ਅਤੇ ਆਹ ਸੀਨ ਇਸ ਤਰ੍ਹਾਂ ਵਾ ਮੇਰਾ ਭਾਈ ਸ਼ਰਲਕ ਹੋਮਸ ਆ ਵਾਟਸਨ ਸਾਡਾ ਗੁਆਂਢੀਆਂ ਦਾ ਮੁੰਡਾ ਜਿਹੜਾ ਕਿ ਕੈਮਰਾ ਵੀ ਸ਼ੂਟ ਕਰ ਰਿਹਾ ਇਸ ਟਾਈਮ ਕੈਮਰੇ ਨਾਲ ਵੀਡੀਓ ਸ਼ੂਟ ਕਰ ਰਿਹਾ ਅਤੇ ਉਹ ਇਸ ਟਾਈਮ ਮਤਲਬ ਇਹ ਸੀਨ ਇੱਦਾਂ ਵਾ ਵੀ ਮੈਂ ਇੱਕ ਇੰਸਪੈਕਟਰ ਹਾਂ ਮੇਰੇ ਕੋਲ ਸ਼ਰਲਕ ਹੋਮਸ ਆਉਂਦਾ ਵਾ ਅਤੇ ਸ਼ਰਲਕ ਹੋਮਸ ਨੇ ਮੇਰੇ ਤੋਂ ਕੇਸ ਲੈਣਾ ਅਤੇ ਵਾਟਸਨ ਉਹਦੀ ਬਾਹਰ ਖੜ੍ਹਾ ਵੇਟ ਕਰ ਰਿਹਾ ਜੋ ਕਿ ਉਹਨੇ ਬਾਹਰ ਹੀ ਖੜ੍ਹੇ ਵੇਟ ਕਰਨੀ ਆ ਅਤੇ ਅਸੀਂ ਆਹ ਸੀਨ ਲਈ ਇੰਨੇ ਟੇਕ ਲਏ ਸੀ ਇੰਨੇ ਘਟੀਆ ਐਕਟਰ ਸੀਗੇ ਇਸ ਖਾਸ ਕਰਕੇ ਮੈਂ ਅਤੇ ਆਹੀ ਵੀਡੀਓ ਜੀ ਮੈਨੂੰ ਬੜਾ ਦੇਖ ਕੇ ਆਸਾ ਉਹਨਾਂ ਦਾ ਮੈਂ ਕਿਹਾ ਚਲੋ ਪਾ ਦਿੰਦੇ ਹਾਂ ਕਿ ਯਾਦਗਾਰ ਆ ਮੁੰਝੇ ਕਿਸ ਕਾਮ ਸੇ ਯਾਰ ਤੁਮ ਕਹੀਂ ਸ਼ਹਿਰ ਸੇ ਬਾਹਰ ਗਏ ਹਾਂ ਥੋੜਾ ਸਾ ਕਾਮ ਥਾ ਮੁਝੇ ਘੂਮਨੇ ਕੇ ਲਿਏ ਗਿਆ ਥਾ ਵਾਟਸਨ ਕਾ ਮੈਸੇਜ ਮਿਲਾ ਮਿਲਾ ਲੇਕਿਨ ਉਸਨੇ ਕੁਛ ਬਤਾਇਆ ਨਹੀਂ ਮੁਝੇ ਚਲੋ ਇੱਕ ਕਾਮ ਹੈ ਤੁਹਾਡੀ ਕਿਆ ਕੁਛ ਖਤਰਨਾਕ ਕੁਛ ਤਾਂ ਚਲੋ ਤੁਮਾਰ ਬਾਤ ਮਜ਼ਾਕ ਮੈਂ ਲੈ ਲੇਤੇ ਕਿਆ ਤੁਮ ਮਾਨਸਿਕ ਸੰਤੁਲਨ ਹੈ ਤੁਹਾਡਾ ਜਬ ਮੇਰੇ ਪਾਸ ਕਾਮ ਨਹੀਂ ਹੁੰਦਾ ਤਾਂ ਮੈਂ ਮਾਨਸਿਕ ਸੰਤੁਲਨ ਕੈਸੇ ਇੰਸਪੈਕਟਰ ਬਿਲਕੁਲ ਮੁਝੇ ਕੈਸੇ ਯਾਦ ਕਰਨਾ ਹੋਗਾ ਤੁਮ ਕਾਫੀ ਦਿਨ ਬਾਅਦ ਮਿਲੇ ਹਾਂ ਮੈਂ ਸ਼ਹਿਰ ਸੇ ਹੀ ਬਾਹਰ ਗਿਆ ਹੁਆ ਥਾ
अच्छा तो तुम्हें वाटसन का मैसेज मिला? मिला लेकिन उसने कुछ खास नहीं बताया। शर्लॉक मैं कैमरा दे दूंगा। कैसे इंस्पेक्टर? मुझे कैसे याद करना? कई दिनों से दिखे नहीं। हाँ मैं शहर से बाहर गया हुआ। तुम्हें वाटसन का मैसेज मिला? उसने कुछ अच्छे से नहीं बताया मुझे। वाटसन कहाँ है? बाहर। क्यों उसे अंदर बुला लो? कैसे इंस्पेक्टर? कैसे इंस्पेक्टर? बिल्कुल मजे में। मुझे कैसे याद करना होगा? Enjoy the dance and Bhangra. ਆ ਵੀਡੀਓ ਕਲਿੱਪ ਆ ਮੇਰੇ ਤਾਈ ਦੀ ਕੁੜੀ ਦੇ ਵਿਆਹ ਦੀ ਤੇ ਉਸ ਦਿਨ ਸਾਰੇ ਆੜੀਆਂ ਨੂੰ ਬੁਲਾਇਆ ਸੀਗਾ, ਮੇਰੀ ਮਾਸੀ ਦਾ ਮੁੰਡਾ, ਮੇਰਾ ਭਾਈ ਸਾਈਡ 'ਤੇ ਆ, ਮੇਰਾ ਬੈਸਟ ਫਰੈਂਡ, ਕਾਫੀ ਉਹਦੇ ਫਰੈਂਡਸ ਸੀਗੇ। ਪਰ ਬਹੁਤ ਵਧੀਆ ਦਿਨ ਸੀਗਾ। ਮੈਂ ਕਿਹਾ ਚਲੋ ਵੀਡੀਓ ਪਾ ਦਿੰਦੀ ਹਾਂ ਵਿੱਚ, ਆਹ ਦੇਖ ਲਓ ਕੀ ਕਰੀ ਜਾਂਦਾ। ਮੈਨੂੰ ਪਤਾ ਤੁਹਾਨੂੰ, ਤੂੰ ਕਹਿੰਦਾ ਕੀ ਪਤਾ ਹੈ, ਉਹ ਫੋਨ ਪਾ ਦੀ ਆ। ਅਤੇ ਜੀ ਆਹ ਦੇਖਿਓ ਯਾਰ, ਵਿਆਹ 'ਤੇ ਨਾ ਜਿਹੜੇ ਉਹ ਨਹੀਂ ਹੁੰਦੇ ਡੁਪਲੀਕੇਟ, ਜਿਵੇਂ ਦਲਜੀਤ ਹੋ ਗਿਆ, ਹੁਣ ਅੱਜ ਕੱਲ੍ਹ ਸਿੱਧੂ ਮੂਸੇ ਵਾਲੀ ਵੀਡੀਓ ਜਾਂਦੀ ਸੀਗੀ, ਉਹ ਦਲਜੀਤ ਸੀਗਾ ਸਾਈਡ 'ਤੇ। ਜੇ ਤੁਹਾਨੂੰ ਇਹ ਵੀਡੀਓ ਪਸੰਦ ਨਹੀਂ ਆਈ ਹੈਗੀ ਤਾਂ ਕੋਈ ਚੱਕਰ ਨਹੀਂ, ਮੈਨੂੰ ਤਾਂ ਆਪ ਨਹੀਂ ਪਤਾ ਮੈਂ ਕਿਹੜੇ ਹਿਸਾਬ ਨਾਲ ਐਡਿਟ ਕਰੂੰਗਾ ਇਹਨੂੰ। ਅਤੇ ਆਲਸੋ ਜੇ ਤੁਹਾਨੂੰ ਪਸੰਦ ਆਈ ਆ ਤਾਂ ਇਸ ਤਰ੍ਹਾਂ ਦਾ ਹੀ ਪਹਿਲਾਂ ਮੈਂ ਇੱਕ ਰੈਂਡਮ ਵਲੋਗ ਬਣਾਇਆ ਸੀਗਾ, ਜਿਹਦੇ ਵਿੱਚ ਮੈਂ ਆਪਣੇ ਮੋਬਾਈਲ 'ਚ ਰੈਂਡਮ ਕਲਿੱਪ ਸੀ ਉਹਨੂੰ ਐਡਿਟ ਕਰਕੇ ਬਣਾਇਆ ਸੀਗਾ, ਉਹ ਤੁਸੀਂ ਉੱਪਰ ਆਪਣੇ ਲਿੰਕ 'ਤੇ ਦੇਖ ਸਕਦੇ ਹੋ। ਅਤੇ ਆਲਸੋ ਜੇ ਤੁਹਾਨੂੰ ਵਧੀਆ ਲੱਗੀ ਆ ਤਾਂ ਵੀ ਲਾਈਕ ਕਰ ਦਿਓ, ਜੇ ਨਹੀਂ ਕਰੀ ਤਾਂ ਮੈਂ 100% ਸਮਝਦਾ, ਮੈਨੂੰ ਆਪ ਨਹੀਂ ਪਤਾ ਮੈਂ ਕਹਿ ਸਕਦੀ ਵੀਡੀਓ ਬਣਾਈ ਆ। ਮੇਰੇ ਕੋਲ ਕਲਿੱਪਾਂ ਪਈਆਂ ਸੀਗੀਆਂ, ਅੱਜ ਮੈਂ ਚੱਕਿਆ ਹੋਇਆ ਸੀਗਾ ਰਾਤ ਨੀਂਦ ਘਰ ਆਇਆ, ਫਿਰ ਤੜਕੇ ਦੋ ਘੰਟੇ ਸੁੱਤਾ, ਫਿਰ ਖੇਡਣ ਚਲੀ ਗਿਆ, ਉਸ ਤੋਂ ਬਾਅਦ ਆ ਕੇ ਸੌਂ ਗਿਆ। ਸਹੀ ਬਸ ਆਹੀ ਆ, ਅਤੇ ਆਪਣੀਆਂ ਵੀਡੀਓਆਂ ਜਾਰੀ ਰਹਿਣਗੀਆਂ। ਅਤੇ ਬਸ ਜੀ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ, ਇੰਸਟਾਗ੍ਰਾਮ 'ਤੇ ਫੋਲੋ ਕਰ ਦਿਓ, ਆਪਾਂ ਕਦੇ ਕਦੇ ਲਾਈਵ ਹੋ ਜਾਂਦੇ ਹੁੰਦੇ ਹਾਂ। ਇੰਸਟਾਗ੍ਰਾਮ 'ਤੇ ਜਿਹੜਾ ਕੰਟੈਂਟ ਪਾਉਣਾ ਉਹ ਮੈਂ ਯੂਟਿਊਬ 'ਤੇ ਪਾਉਣਾ ਨਹੀਂ ਹੈਗਾ, ਪ੍ਰੈਸ ਕਰਕੇ ਥੱਲੇ ਲਿੰਕ ਹੋਊਗਾ ਪਹਿਲੇ ਕਮੈਂਟ ਦੇ ਵਿੱਚ, ਉਹ ਦੇਖ ਲਿਓ, ਡਿਸਕ੍ਰਿਪਸ਼ਨ 'ਚ ਵੀ ਲਿੰਕ ਪਾ ਦਾਂਗੇ। ਲਾਈਕ ਕਰ ਦਿਓ, ਮਣੀ ਪੰਜਾਬ ਨੂੰ ਵੀ ਲਾਈਕ ਅਤੇ ਕਮੈਂਟ ਕਰ ਦਿਓ, ਉਹਦੇ ਇੰਸਟਾ ਨੂੰ ਉਹਨੂੰ ਫੋਲੋ ਕਰੋ, ਇੱਕ ਗਗਨ ਕਨੇਡਾ ਮੇਰੀ ਮਾਸੀ ਦਾ ਮੁੰਡਾ ਉਹ ਵੀ ਫੋਲੋ ਕਰੋ। ਅਤੇ ਚੰਗਾ ਜੀ ਫਿਰ ਆਪਾਂ ਬਸ ਅਗਲੇ ਬਲੌਗ 'ਚ ਮਿਲਾਂਗੇ, ਹੁਣ ਸਤਿ ਸ਼੍ਰੀ ਅਕਾਲ।